ਇਹ ਬਹੁਤ ਹੀ ਅਦਭੁਤ ਕੱਪੜੇ ਦਾ ਗੇਂਦ ਦੀ ਗੇਂਦ ਬਣਾਉਣ ਲਈ 5 ਪੱਤੀਆਂ ਅਤੇ ਕੱਪੜੇ ਦੇ 2 ਪੈਂਟਾਗਨ ਚਾਹੀਦੇ ਹਨ। 5 ਪੱਤੀਆਂ ਜੋੜੋ ਅਤੇ ਉਹਨਾਂ ਦੇ ਉੱਪਰ ਅਤੇ ਥੱਲੇ ਪੈਂਟਾਗਨ ਦੇ ਪੀਸ ਜੋੜ ਦਿਓ। ਪੈਂਟਾਗਨ ਦੇ ਵਿੱਚ ਬਟਨ ਵਾਲੀ ਗਲੀ ਕਰ ਦਿਓ। ਇੱਥੇ ਤੁਸੀਂ ਸਾਰੇ ਟਾਂਕੇ ਅਤੇ ਸੀਨਾ ਦੇਖ ਸਕਦੇ ਹੋ। ਹੁਣ ਬਟਨ ਮੋਰੀ ਵਿੱਚੋਂ ਗੇਂਦ ਨੂੰ ਉਲਟਾ ਕਰ ਦਿਓ। ਇਸ ਤਰ੍ਹਾਂ ਸੀਟੀ ਇਹਨਾਂ ਪਾਸੇ ਅੰਦਰ ਚਲਿਆ ਜਾਵੇਗੀ ਅਤੇ ਇਹ ਕੱਪੜੇ ਦੀ ਗੇਂਦ ਦਾ ਬਾਹਰਲਾ ਹਿੱਸਾ ਹੋਵੇਗਾ। ਫਿਰ ਬਟਨ ਮੋਰੀ ਵਿੱਚ ਵੱਡਾ ਗੁਬਾਰਾ ਪਾ ਦਿਓ ਅਤੇ ਉਸ ਨੂੰ ਫੁਲਾ ਦਿਓ। ਜਿੰਨਾ ਚਿਰ ਤੁਸੀਂ ਥੱਕ ਨਹੀਂ ਜਾਂਦੇ ਉਸ ਨੂੰ ਫੁਲਾ ਦਿਓ, ਜਿੰਨਾ ਉਸ ਵਿੱਚ ਹਵਾ ਭਾਰੀ ਹੋ ਜਾਵੇਗੀ। ਕੱਪੜੇ ਦੀ ਗੇਂਦ ਦਾ ਤਣਾਵ ਤੁਹਾਨੂੰ ਹੋਰ ਹਵਾ ਭਰਨ ਤੋਂ ਰੋਕੇਗਾ। ਫਿਰ ਗੁਬਾਰੇ ਦਾ ਮੂੰਹ ਕਈ ਵਾਰ ਘੁਮਾਓ, ਉਸ ਨੂੰ ਬਟਨ ਮੋਰੀ ਵਿੱਚ ਪਾ ਦਿਓ। ਇਹ ਗੁਬਾਰੇ ਦੇ ਮੂੰਹ 'ਤੇ ਗੱਠ ਮਾਰਨ ਵਰਗਾ ਹੋਵੇਗਾ, ਹਵਾ ਬਾਹਰ ਨਹੀਂ ਆਵੇਗੀ। ਹੁਣ ਤੁਹਾਡੀ ਉਛਲਣ ਵਾਲੀ ਗੇਂਦ ਤਿਆਰ ਹੈ। ਤੁਸੀਂ ਇਕੱਲੇ ਜਾਂ ਆਪਣੇ ਦੋਸਤਾਂ ਨਾਲ ਆਨੰਦ ਮਾਣ ਸਕਦੇ ਹੋ ਖੇਡਾਂ ਖੇਡ ਕੇ।